ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਸੂਟ ਸ਼ੇਅਰ ਕਰ ਰਹੇ ਹਾਂ। ਸੋ ਜਿਵੇਂ ਜਿਵੇਂ ਵੀ ਆਪਣੇ ਕੋਲ ਜੀ ਔਡਰ ਬਣ ਰਹੇ ਹੈਗੇ ਆ, ਸੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਕਿਉਂਕਿ ਆਪਣੇ ਕੋਲ ਜ਼ਿਆਦਾਤਰ ਬਾਹਰ ਦਾ ਕੰਮ ਹੈਗਾ। ਸੋ ਆਪਣੇ ਕੋਲ ਹੈਵੀ ਸੂਟ ਜ਼ਿਆਦਾ ਬਣਦੇ ਹੈਗੇ ਆ, ਸੋ ਇੱਧਰ ਵਾਲਿਆਂ ਨੂੰ ਥੋੜ੍ਹੀ ਜਿਹੀ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਤੁਸੀਂ ਜਿਹੜੇ ਸਮਰ ਵੀਅਰ ਸੂਟ ਨਹੀਂ ਦਿਖਾਉਂਦੇ। ਸੋ ਆਪਾਂ ਇਸੇ ਲਈ ਸਮਰ ਵੀਅਰ ਸੂਟ ਨਹੀਂ ਦਿਖਾਉਂਦੇ ਜੀ, ਕਿਉਂਕਿ ਆਪਣੇ ਕੋਲ ਆਲਰੇਡੀ ਕਾਫੀ ਜਿਹੜਾ 1 ਮੰਥ ਔਡਰ ਆ ਜਿਹੜਾ ਅੱਗੇ ਚੱਲ ਰਿਹਾ ਹੁੰਦਾ। ਸੋ ਆਪਣੇ ਕੋਲ ਅਸੀਂ ਉਹੀ ਬਹੁਤ ਮੁਸ਼ਕਿਲ ਨਾਲ ਪੂਰਾ ਕਰਦੇ ਹਾਂ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵਿੱਚ ਦੇ ਤੁਹਾਨੂੰ ਅਸੀਂ ਕੋਟਨ ਦੇ ਸੂਟ ਵੀ ਦੇਈਏ, ਸੋ ਸਾਰਿਆਂ ਲਈ ਆਪਾਂ ਕੁਛ ਨਾ ਕੁਛ ਲੈ ਕੇ ਆਈਏ। ਸੋ ਜਿਵੇਂ ਇਹ ਸੂਟ ਬਣੇ ਸੀਗੇ ਜੀ, ਇਹ ਥੋੜ੍ਹੇ ਪਾਰਟੀ ਵੇਅਰ ਸੂਟ ਹੈਗੇ ਆ। ਸੋ ਜਿਵੇਂ ਕਿ ਸਾਰੇ ਪਾਰਟੀ ਵੇਅਰ ਸੂਟ ਆ ਜਿਹੜੇ ਪ੍ਰੈਫਰ ਕਰਦੇ ਹੈਗੇ ਆ ਬੁਟੀਕ ਤੋਂ ਬਣਾਉਣਾ, ਜਾਂ ਕਿਉਂਕਿ ਹੁਣ ਜਿਹੜੇ ਕੋਟਨ ਦੇ ਸੂਟਸ ਹੈਗੇ ਉਹਦੇ ਲਈ ਤੁਸੀਂ ਥੋੜ੍ਹਾ ਬਹੁਤ ਡਿਜ਼ਾਇਨਿੰਗ ਨਾਲ ਹੀ ਵੇਅਰ ਕਰ ਸਕਦੇ ਹੋ, ਕਿਉਂਕਿ ਕੋਟਨ ਹੈ ਜਿਹੜੀ ਥੋੜ੍ਹੀ ਟਾਈਮ ਬਾਅਦ ਆ ਜਿਹੜੀ ਖਰਾਬ ਜਾਂ ਇੱਕ ਸੀਜ਼ਨ ਕੱਢਦੀ ਹੈਗੀ। ਸੋ ਉਹਦੇ 'ਤੇ ਆਪਾਂ ਇੰਨਾ ਹੈਵੀ ਵਰਕ ਨਹੀਂ ਕਰਾਉਂਦੇ। ਸੋ ਆਪਾਂ ਜਿਵੇਂ ਪਾਰਟੀ ਵੇਅਰ ਸੂਟਸ ਇਹ ਲੈ ਕੇ ਆਏ ਹੈਗੇ ਆ, ਇਹ ਕਾਫੀ ਹੈਵੀ ਸੂਟਸ ਹੈਗੇ ਆ। ਸੋ ਇਹ ਜਿਵੇਂ ਆਪਾਂ ਤੁਹਾਨੂੰ ਫਸਟ ਸੂਟ ਦਿਖਾਉਂਦੇ ਹਾਂ ਜੀ, ਬਾਂਧਨੀ ਪ੍ਰਿੰਟ ਦੇ ਵਿੱਚ ਹੈ। ਸੋ ਬਾਂਧਨੀ ਦੇ ਵਿੱਚ ਕਾਫੀ ਕਲਰ ਕੰਬੀਨੇਸ਼ਨ ਆਏ ਆ। ਸੋ ਮੈਂ ਖੁਦ ਵੀਅਰ ਕੀਤਾ ਹੋਇਆ ਸੂਟ ਸੀ ਜਿਹਦੇ ਸ਼ੋਰਟਸ ਦੇ ਵਿੱਚ ਤੁਹਾਨੂੰ ਕਾਫੀ ਮੈਨੂੰ ਵਿਊਜ਼ ਆਏ ਸੀਗੇ। ਸੋ ਉਹਦੀ ਇਨਕੁਆਇਰੀਜ਼ ਵੀ ਕਾਫੀ ਸੀਗੀਆਂ, ਔਰ ਉਹਦੇ ਵਿੱਚ ਜੀ ਸੇਮ ਕਲਰ ਸੀਗਾ ਔਰ ਸੇਮ ਅਸੀਂ ਕੰਟਰਾਸਟ ਕੀਤਾ ਹੈਗਾ, ਉਹ ਥੋੜ੍ਹਾ ਡਿਫਰੈਂਟ ਸੀਗਾ, ਇਹ ਡਿਫਰੈਂਟ ਹੈਗਾ। ਸੋ ਕਈ ਵਾਰ ਸੇਮ ਚੀਜ਼ ਨਹੀਂ ਬਣਦੀ। ਹੁਣ ਤੁਸੀਂ ਇਹ ਸੇਮ ਅਗਰ ਤੁਸੀਂ ਕਲਰ ਸੇਮ ਲੈਣਾ ਚਾਹੋਗੇ ਤਾਂ ਕਈ ਵਾਰ ਜਿਹੜਾ ਕਲਰ ਵੀ ਸੇਮ ਨਹੀਂ ਮਿਲਦਾ। ਸੋ ਮੈਂ ਤੁਹਾਨੂੰ ਇਹ ਕਹੂੰਗੀ ਕਿ ਥੋੜ੍ਹਾ ਬਹੁਤ ਚੇਂਜ ਹੋ ਜਾਂਦਾ, ਤੁਸੀਂ ਬੇਫਿਕਰ ਹੋ ਕੇ ਔਡਰ ਕਰ ਸਕਦੇ ਹੋ। ਸਾਨੂੰ ਜਿਹੜਾ ਵੀ ਸੂਟ ਜਿਹੜਾ ਕੰਬੀਨੇਸ਼ਨ ਸਾਨੂੰ ਬੈਸਟ ਲੱਗਿਆ ਸੀ, ਤੁਹਾਨੂੰ ਉਹੀ ਜਿਹੜਾ ਬਹੁਤ ਹੀ ਸੋਹਣਾ ਜਿਹਾ ਸੂਟ ਬਣਾ ਕੇ ਭੇਜਦੇ ਹਾਂ। ਸੋ ਇਹ ਸੀਗਾ ਜੀ ਪੈਰਟ ਕਲਰ ਦੇ ਵਿੱਚ। ਸੋ ਮਹਿੰਦੀ ਪੈਰਟ ਜਿਹਾ ਸ਼ੇਡ ਹੈਗਾ ਇਹ ਬਾਂਧਨੀ ਪ੍ਰਿੰਟ ਦੇ ਵਿੱਚ। ਇਹਦੇ ਵਿੱਚ ਆਪਾਂ ਡਿਜ਼ਾਇਨਿੰਗ ਹੈ ਜਿਹੜੀ ਬਹੁਤ ਹੀ ਪਿਆਰੀ ਦਿੱਤੀ ਹੋਈ ਹੈ, ਔਰ ਇਸ ਤਰ੍ਹਾਂ ਇਹਦੀ ਬਾਜੂ ਦੀ ਡਿਜ਼ਾਇਨਿੰਗ ਹੈ। ਸੋ ਤੁਸੀਂ ਦੇਖ ਸਕਦੇ ਹੋ, ਔਰ ਇਹਦੀ ਕੀ ਰੀਤੀ ਆਪਾਂ ਔਰਗੈਂਜ਼ਾ ਮੈਂ ਫਿਕਸ ਕਰਕੇ ਵਰਕ ਦਿੱਤਾ ਹੋਇਆ ਜੀ, ਤੁਸੀਂ ਦੇਖ ਸਕਦੇ ਹੋ ਇਹ ਵਾਲਾ। ਔਰ ਇਹਦੇ ਬੈਕ 'ਤੇ ਵੀ ਆਪਾਂ ਥੋੜ੍ਹੀ ਜਿਹੀ ਡਿਜ਼ਾਇਨਿੰਗ ਹੈ ਜਿਹੜੀ ਦਿੱਤੀ ਹੋਈ ਹੈ। ਸੋ ਇਹ ਬਹੁਤ ਹੀ ਪਿਆਰਾ ਜਿਹਾ, ਅਗਰ ਤੁਸੀਂ ਹੈਵੀ ਸੂਟਸ ਬਣਾਉਂਦੇ ਹੋ ਤਾਂ ਉਹਦੇ ਨਾਲ ਤੁਸੀਂ ਇਹ ਸੂਟ ਇਸ ਤਰ੍ਹਾਂ ਦੇ ਟਰਾਈ ਕਰ ਸਕਦੇ ਹੋ। ਅਗਰ ਤੁਸੀਂ ਤੁਹਾਡਾ ਆਰਡਰ ਹੈਗਾ 5-6 ਸੂਟਸ ਦਾ ਤਾਂ ਤੁਸੀਂ ਵਿੱਚ ਇੱਕ ਇਹ ਸੂਟ ਵੀ ਟਰਾਈ ਕਰ ਸਕਦੇ ਹੋ। ਸੋ ਇਹ ਹੈਗਾ ਜੀ ਬੋਟਮ 'ਤੇ ਵਰਕ, ਆਪਾਂ ਇਹਦੇ ਨਾਲ ਕੰਟਰਾਸਟ ਕੀਤਾ ਲਾਈਟ ਸੀ ਗ੍ਰੀਨ ਫਰੋਜ਼ੀ ਸ਼ੇਡ। ਸੋ ਇਹਦੇ ਵਿੱਚ ਥੋੜ੍ਹਾ ਜਿਹਾ ਹੁਣ ਕਲਰ ਸਹੀ ਆ ਰਿਹਾ ਜੀ, ਥੋੜ੍ਹਾ ਫਰੋਜ਼ੀ ਆਉਂਦਾ ਜਦੋਂ ਆਪਾਂ ਨੇੜੇ ਕਰਦੇ ਹਾਂ। ਸੋ ਇਹਨਾਂ ਦਾ ਬਹੁਤ ਹੀ ਪਿਆਰਾ ਕੰਬੀਨੇਸ਼ਨ ਹੈਗਾ, ਔਰ ਇਹਦੇ ਵਿੱਚ ਆਪਾਂ ਚਨੌਨ ਦਾ ਦੁਪੱਟਾ ਕੀਤਾ ਹੋਇਆ। ਸੋ ਇਹਦੇ ਵਿੱਚ ਦੇਖੋ ਮਿਕਸ ਆਪਾਂ ਦੁਪੱਟਾ ਕੀਤਾ ਹੋਇਆ, ਔਰ ਬਹੁਤ ਹੀ ਪਿਆਰੀ ਜੀ ਆਪਾਂ ਲੇਸ ਦਿੱਤੀ ਹੋਈ ਆ। ਸੋ ਇਹ ਬਹੁਤ ਹੀ ਡਿਫਰੈਂਟ ਜਿਹਾ ਕੰਸੈਪਟ ਆ ਜੀ, ਔਰ ਪੰਜਾਬੀ ਸੂਟਸ ਦੇ ਵਿੱਚ ਤੁਸੀਂ ਇਹ ਸੂਟ ਇਸ ਤਰ੍ਹਾਂ ਦੇ ਸੂਟਸ ਆ ਜਿਹੜੇ ਟਰਾਈ ਕਰ ਸਕਦੇ ਹੋ, ਕਿਉਂਕਿ ਥੋੜ੍ਹੀ ਡਿਫਰੈਂਟ ਲੁੱਕ ਹੋ ਜਾਂਦੀ ਹੈ, ਕਿਉਂਕਿ ਸਾਰੇ ਵਰਕ ਤੋਂ ਹਟ ਕੇ ਆ, ਥੋੜ੍ਹੇ ਪਲੇਨ ਤੋਂ ਹਟ ਕੇ ਆ। ਸੋ ਤੁਸੀਂ ਇਹ ਜਿਹੜੀ ਚੀਜ਼ ਹੈਗੀ ਆ ਟਰਾਈ ਕਰ ਸਕਦੇ ਹੋ, ਕਿਉਂਕਿ ਪੰਜਾਬੀ ਸੂਟ ਅਗਰ ਤੁਸੀਂ ਹਰ ਇੱਕ ਫੰਕਸ਼ਨ ਦੇ ਵਿੱਚ ਆਪਾਂ ਜਿਵੇਂ ਕਿ ਟ੍ਰੈਂਡ ਦੇ ਵਿੱਚ ਵੀ ਚੱਲ ਰਿਹਾ ਕਿ ਤੁਸੀਂ ਪੰਜਾਬੀ ਸੂਟ ਹੀ ਵੇਅਰ ਕਰਦੇ ਹੋ, ਪੰਜਾਬੀ ਸੂਟਸ ਦੀ ਥੋੜ੍ਹੀ ਜਿਹੀ ਇੱਕ ਅਲੱਗ ਹੀ ਆਪਣੀ ਲੁੱਕ ਹੈਗੀ ਹੈ। ਸੋ ਡਰੈਸਿਸ ਦੇ ਨਾਲੋਂ ਹਰ ਇੱਕ ਦੇ ਨਾਲੋਂ ਸਾਰੇ ਪੰਜਾਬੀ ਸੂਟ ਪਸੰਦ ਕਰਦੇ ਆ। ਸੋ NRI ਆਪਣੀਆਂ ਭੈਣਾਂ ਵੀ ਸਾਰੀਆਂ ਫੰਕਸ਼ਨਸ ਦੇ ਲਈ ਜਿਹੜੇ ਪੰਜਾਬੀ ਸੂਟ ਬਣਾਉਂਦੇ ਆ, ਸੋ ਉਹਨਾਂ ਲਈ ਆਪਾਂ ਇਹ ਹੈਵੀ ਹੈਵੀ ਸੂਟਸ ਬਣਾ ਕੇ ਭੇਜਦੇ ਹੈਗੇ ਹਾਂ। ਸੋ ਤੁਸੀਂ ਵੀ ਇਸ ਤਰ੍ਹਾਂ ਦੇ ਸੂਟਸ ਟਰਾਈ ਕਰ ਸਕਦੇ। ਲਾਈਟ ਲਵੈਂਡਰ ਸ਼ੇਡ ਹੈ ਜੀ, ਇਹਦੇ ਵਿੱਚ ਮਸ਼ੀਨ ਵਰਕ ਕੀਤਾ ਹੋਇਆ। ਸੋ ਬਹੁਤ ਹੀ ਪਿਆਰਾ
ਔਰ ਸਾਈਡਸ 'ਤੇ ਆਪਾਂ ਜਿਵੇਂ ਮੁਕੈਸ਼ ਦਾ ਕੰਮ ਦਿੱਤਾ ਹੋਇਆ ਜੀ। ਸੋ ਇਹ 'ਤੇ ਸਿੱਪੀ ਦਾ ਵੀ ਹੋ ਜਾਏਗਾ, ਮੁਕੈਸ਼ ਦਾ ਵੀ ਹੋ ਜਾਏਗਾ। ਸੋ ਤੁਸੀਂ ਮੈਂਸ਼ਨ ਕਰ ਸਕਦੇ ਹੋ ਵਿੱਚ, ਕਿਉਂਕਿ ਕਈ ਵਾਰੀ ਆਪਾਂ ਜਿਹੜਾ ਇਹ ਹੈਗਾ ਇਹ ਆਪਾਂ ਸਿੱਪੀ ਦਾ ਵੀ ਕਰਦੇ ਹੈਗੇ ਹਾਂ। ਸੋ ਇਸ ਤਰ੍ਹਾਂ ਇਹ ਮੁਕੈਸ਼ ਦਾ ਸਾਰੇ ਸ਼ਰਟ ਦੇ ਵਿੱਚ ਕੰਮ ਹੈ, ਪੂਰਾ ਗਲਾ ਇਹਦਾ ਪ੍ਰੋਪਰ ਬਣਿਆ ਹੋਇਆ। ਬਾਜੂ 'ਤੇ ਵੀ ਆਪਾਂ ਇਸ ਤਰ੍ਹਾਂ ਦੀ ਇਹਦੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ। ਸੋ ਇਹ ਬੈਕ ਘੇਰੇ 'ਤੇ ਵੀ, ਸੋ ਬਹੁਤ ਹੀ ਡਿਫਰੈਂਟ ਜਿਹਾ ਕੰਸੈਪਟ ਹੈਗਾ। ਇਹਦਾ ਜਿਹੜਾ ਦੁਪੱਟਾ ਹੈਗਾ ਜੀ, ਕਾਫੀ ਹੈਵੀ ਹੈ। ਸੋ ਇਹ ਆਪਣਾ ਆਰਡਰ ਹੈ ਜਿਹੜਾ ਕਾਫੀ ਸੂਟਸ ਦਾ ਜਿਹੜਾ ਬਣ ਕੇ ਜਾ ਰਿਹਾ ਸੀਗਾ। ਸੋ ਆਪਾਂ ਤੁਹਾਨੂੰ ਡੇਲੀ ਸੂਟਸ ਆ ਜਿਹੜੇ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਦਿਖਾਵਾਂਗੇ। ਇਸ ਤਰ੍ਹਾਂ ਇਹਦੇ ਵਿੱਚ 4 ਸਾਈਡ ਮੁਕੈਸ਼ ਦਾ ਬਾਰਡਰ ਹੈ ਜੀ। ਸੋ ਤੁਸੀਂ ਦੇਖ ਸਕਦੇ ਹੋ ਲਾਈਟ ਲਵੈਂਡਰ ਸ਼ੇਡ ਹੈ ਜੀ। ਇਹਨੂੰ ਲਾਈਟ ਕਿਸੇ ਵੀ ਸ਼ੇਡ 'ਤੇ ਰੱਖੋ, ਕਿਉਂਕਿ ਜਿਹੜੇ ਵਿੱਚ ਫਲਾਰ ਹੈਗੇ ਆ ਇਹ ਲਾਈਟ ਸ਼ੇਡ 'ਤੇ ਜ਼ਿਆਦਾ ਬੈਸਟ ਲੱਗਦੇ ਆ, ਮਸ਼ੀਨ ਐਮਬਰਾਇਡਰੀ ਦਾ ਜੋ ਵੀ ਕੰਮ ਹੈ। ਔਰ ਇਹਨੂੰ ਅਸੀਂ ਨਾਲ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ। ਸੋ ਇਹਦੇ ਨਾਲ ਇਹ ਬਹੁਤ ਹੀ ਗ੍ਰੇਸਫੁਲ ਜਿਹਾ ਇਸ ਤਰ੍ਹਾਂ ਇਹਦੇ ਵਿੱਚ ਵੀ ਸਾਰੇ ਦੇ ਫਲਾਰ ਹੈ ਇਸ ਤਰ੍ਹਾਂ। ਸਾਰਾ ਦੁਪੱਟਾ ਵੀ ਹੈਵੀ ਹੈ ਜੀ, ਸੂਟ ਸ਼ਰਟ ਵੀ ਹੈਵੀ ਹੈ, ਔਰ ਬੋਟਮ ਨੂੰ ਅਸੀਂ ਇਸ ਤਰ੍ਹਾਂ ਹਾਈਲਾਈਟ ਕੀਤਾ ਹੋਇਆ ਵਿੱਚ ਇਹਦੇ ਚੌੜੀ ਪੱਟੀ ਦੇ ਕੇ। ਇਹਨੂੰ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਨਾਲ ਬਣਾਇਆ ਹੋਇਆ। ਸੋ ਇਹ ਹੈਗਾ ਜੀ, ਇਹ ਵੀ ਬਹੁਤ ਹੀ ਪਿਆਰਾ ਜੀ ਪਰਪਲ ਸ਼ੇਡ ਹੈ। ਸੋ ਵਾਈਨ ਡਲ ਪਰਪਲ ਜਿਹਾ ਸ਼ੇਡ ਹੈ। ਸੋ ਇਹ ਕਲਰ ਵੀ ਕਾਫੀ ਟ੍ਰੈਂਡ ਦੇ ਵਿੱਚ ਹੈ ਔਰ ਬਿਲਕੁਲ ਨਿਊ ਸ਼ੇਡ ਹੈਗਾ। ਅਗਰ ਤੁਸੀਂ ਵੀ ਕਿਸੇ ਨਵੇਂ ਸ਼ੇਡ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਜਿਹੜਾ ਸੂਟ ਟਰਾਈ ਕਰ ਸਕਦੇ ਹੋ। ਸੋ ਇਹਦੀ ਵੀ ਬਹੁਤ ਹੀ ਪਿਆਰੀ ਗ੍ਰੇਸ ਹੈ ਔਰ ਤੁਸੀਂ ਦੇਖੋਗੇ ਇਹ ਕਿੰਨਾ ਪਿਆਰਾ ਸੂਟ ਬਣਿਆ ਹੋਇਆ। ਇਹ ਦੇਖੋ ਬਾਰਡਰ ਹੈ ਜੀ, ਸੈਂਟਰ ਪੈਨਲ ਹੈ, ਸਾਈਡਸ ਦੇ ਸਾਰੇ ਦੇ ਉੱਪਰ ਕੱਟ ਦਾਣੇ ਦਾ ਵਰਕ ਹੋਇਆ ਹੋਇਆ। ਸੋ ਤੁਸੀਂ ਸਟਿਚਿੰਗ ਦੇ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਦੀ ਲੁੱਕ ਹੈ ਜਿਹੜੀ ਕਿੰਨੀ ਹੈਵੀ ਆਉਂਦੀ ਹੈ। ਸੋ ਇਹ ਥੋੜ੍ਹਾ ਡਾਰਕ ਸ਼ੇਡ 'ਤੇ ਬਣਿਆ ਹੋਇਆ, ਇਹ ਆਪਣੇ ਅੱਗੇ ਜਿਹੜਾ ਹਲਕੇ ਥੋੜ੍ਹੇ ਜਿਹੇ ਸ਼ੇਡ 'ਤੇ ਬਣਦਾ ਹੁੰਦਾ ਸੀ ਲਾਈਟ ਸ਼ੇਡ 'ਤੇ। ਸੋ ਉਹਦੇ ਵਿੱਚ ਆਪਾਂ ਜਿਹੜੀ ਐਮਬਰਾਇਡਰੀ ਹੈ ਥੋੜ੍ਹੀ ਗੈਸ ਨਹੀਂ ਕਰ ਸਕਦੇ। ਸੋ ਇਹਦੇ ਵਿੱਚ ਦੇਖੋ ਜੀ ਤੁਸੀਂ ਕਿੰਨਾ ਇਹਦਾ ਜਿਹੜਾ ਗਲਾ ਹੈਵੀ ਆ, ਇਸ ਤਰ੍ਹਾਂ ਹੈਵੀ ਆ, ਹੈਵੀ ਬਾਜੂ ਹੈਗੇ ਆ। ਸੋ ਇਹਦੇ ਵੀ ਦੁਪੱਟੇ 'ਤੇ ਅਸੀਂ ਇੰਨੀ ਕੁ ਲੇਸ ਦਿੰਦੇ ਹਾਂ ਕਿਉਂਕਿ ਜਿਹੜਾ ਟ੍ਰੈਂਡ ਹੈਗਾ ਜੀ ਇੰਨੀ ਹੀ ਲੇਸ ਦਾ ਹੈਗਾ, ਔਰ ਬੋਟਮ 'ਤੇ ਵੀ ਵਰਕ ਹੈਗਾ ਜੀ। ਸੋ ਬੋਟਮ 'ਤੇ ਅਗਰ ਤੁਸੀਂ ਕੋਈ ਵੀ ਵਰਕ ਕਰਵਾਉਣਾ ਤੁਸੀਂ ਮੈਂਸ਼ਨ ਕਰੋਗੇ। ਸੋ ਚਨੌਨ ਦਾ ਦੁਪੱਟਾ ਕਰਨਾ ਜਾਂ ਔਰਗੈਂਜ਼ਾ ਕਰਨਾ, ਵਿੱਚ ਬੂਟੇ ਵੀ ਕਰਵਾ ਸਕਦੇ ਹੋ। ਸੋ ਉਹਦੇ ਚਾਰਜਿਸ ਆ ਜਿਹੜੇ ਅਲੱਗ ਹੋਣਗੇ। ਤੁਸੀਂ ਵੀਡੀਓ ਹੈ ਜਿਹੜੀ ਧਿਆਨ ਨਾਲ ਦੇਖਿਆ ਕਰੋ, ਸਕਿੱਪ ਨਾ ਕਰਿਆ ਕਰੋ। ਸੋ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲਸ ਦਿੰਦੇ ਹਾਂ ਅਤੇ ਆਪਾਂ ਜਿਹੜੇ ਡੇਲੀ ਉਸੇ ਤਰ੍ਹਾਂ ਦੇ ਮੈਸੇਜਸ ਦੇ ਰਿਪਲਾਈ ਕਰਦੇ ਹਾਂ ਜੋ ਆਪਾਂ ਵੀਡੀਓ ਦੇ ਵਿੱਚ ਬੋਲਿਆ ਹੁੰਦਾ। ਸੋ ਜੀ ਇਹ 20 ਕਲਰ ਮੈਂ ਤੁਹਾਨੂੰ ਦਿਖਾਇਆ ਹੈਗਾ। ਸੋ ਇਹ ਬਹੁਤ ਹੀ ਪਿਆਰਾ ਜਿਸ ਤਰ੍ਹਾਂ ਇਸ ਤਰ੍ਹਾਂ ਦੇਖ ਸਕਦੇ ਹੋ, ਤੁਸੀਂ ਇਹ ਵੀ ਕਰ ਸਕਦੇ ਹੋ। ਆਪਾਂ ਲਾਈਟ ਡਾਰਕ ਸ਼ੇਡ ਸਾਰੇ ਤਰ੍ਹਾਂ ਦੇ ਸ਼ੇਡਸ ਆ ਜਿਹੜੇ ਤੁਹਾਨੂੰ ਦਿਖਾਤੇ ਆ ਜੀ। ਔਰਡਰ ਦਾ ਪ੍ਰੋਸੀਜਰ ਆਪਣਾ ਸੇਮ ਹੈਗਾ, 7589231377 'ਤੇ ਜਾ ਕੇ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ, ਸਕਰੀਨਸ਼ੋਟ ਭੇਜ ਸਕਦੇ ਹੋ ਪ੍ਰਾਈਸ ਜਾਣ ਕੇ, ਦੈਨ ਆਪਣਾ ਔਰਡਰ ਆ ਜਿਹੜਾ ਫਾਈਨਲ ਕਰ ਸਕਦੇ ਹੋ। ਕਿਉਂਕਿ ਜਦੋਂ ਤੁਸੀਂ 1-2 ਸੂਟਸ ਦਾ ਜਿਹੜਾ ਪ੍ਰਾਈਸ ਪੁੱਛ ਲੈਂਦੇ ਹੋ ਤਾਂ ਤੁਹਾਨੂੰ ਪਤਾ ਚੱਲ ਜਾਂਦਾ ਕਿ ਸਾਡੇ ਜਿਹੜੇ ਵਰਕ ਦੀ ਰੇਂਜ ਕੀ ਹੈ ਜਾਂ ਸਾਡੇ ਕੰਮ ਦੀ ਰੇਂਜ ਕੀ ਹੈ, ਸੂਟ ਦੀ ਰੇਂਜ ਕੀ ਹੈਗੀ ਆ। ਸੋ ਆਪਾਂ ਨੂੰ ਇੱਕ ਹੋ ਜਾਂਦਾ ਕਿ ਅਸੀਂ ਇਹ ਅਫੋਰਡ ਕਰ ਸਕਦੇ ਹਾਂ, ਤਾਂ ਦੈਨ ਤੁਸੀਂ ਆਪਣਾ ਜਿਹੜਾ ਆਰਡਰ ਆ ਆਪਾਂ ਨੂੰ ਦੇ ਸਕਦੇ ਹੋ। ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ ਨਵੇਂ ਜਿਹੜੇ ਸੂਟਾਂ ਦੀ ਡਿਜ਼ਾਇਨਿੰਗ ਲੈ ਕੇ ਆਉਂਦੇ ਰਹਾਂਗੇ। ਆਪਾਂ ਅੱਗੇ ਸੀਜ਼ਨ ਲਈ ਬਹੁਤ ਕੁਛ ਤੁਹਾਡੇ ਲਈ ਤਿਆਰ ਕਰ ਰਹੇ ਹਾਂ। ਸੋ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ।